ਤਾਂ ਸ਼ਰਧਾਲੂਆਂ ਦੇ ਨਾਲ ਬੇਹੱਦ ਵੱਡਾ ਹਾਦਸਾ ਹੋਇਆ ਹੈ। ਵਿਸਾਖੀ ਮੌਕੇ ਗੁਰੂ ਘਰ ਮੱਥਾ ਟੇਕਣ ਜਾ ਰਹੇ ਸੀ ਤਾਂ ਰਾਹ ਦੇ ਵਿੱਚ ਟਰੈਕਟਰ ਪਲਟ ਗਿਆ। ਟਰੈਕਟਰ ਦੇ ਅਗਲੇ ਜਿਹੜੇ ਐਕਸਲ ਹੁੰਦੇ ਨੇ, ਟਾਇਰ ਹੁੰਦੇ ਨੇ, ਉਹ ਟੁੱਟ ਗਏ, ਜਿਸ ਕਰਕੇ ਵੱਡਾ ਹਾਦਸਾ ਹੋਇਆ। ਇਹ ਦੱਸ ਦਈਏ ਕਿ ਟਰੈਕਟਰ ਦੀਆਂ 9-11 ਟਰੈਕਟਰ ਹੈ, ਵੱਡੇ ਵੱਡੇ ਸਪੀਕਰ ਲਵਾਏ ਹੋਏ ਨੇ। ਨੌਜਵਾਨਾਂ ਨੇ ਪਿੱਛੇ ਟਰਾਲੀ ਸੀ, ਟਰਾਲੀ 'ਚ ਸੰਗਤ ਬੈਠੀ ਸੀ ਅਤੇ ਕੁਝ ਨੌਜਵਾਨ ਟਰੈਕਟਰ 'ਤੇ ਚੜ੍ਹ ਕੇ ਬੈਠੇ ਸਨ। ਅਚਾਨਕ ਟਰੈਕਟਰ ਦੀ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ। ਦਰਅਸਲ ਤੁਸੀਂ ਪਹਿਲਾਂ ਵੀ ਕੁਝ ਤਸਵੀਰਾਂ ਦੇਖੀਆਂ ਹੋਣੀਆਂ ਵਿਸਾਖੀ ਦੀਆਂ ਅਤੇ ਹੋਲੇ ਮੁਹੱਲੇ ਦੀਆਂ, ਜਿੱਥੇ ਨੌਜਵਾਨ ਮੋਡੀਫਾਈਡ ਟਰੈਕਟਰ ਲੈ ਕੇ ਜਾਂਦੇ ਨੇ ਅਤੇ ਆਪਸ ਦੇ ਵਿੱਚ ਰੇਸਾਂ ਲਗਾਉਂਦੇ ਨੇ। ਚਸ਼ਮਦੀਦਾਂ ਦੇ ਮੁਤਾਬਕ ਟਰੈਕਟਰ ਦੀ ਰਫ਼ਤਾਰ ਕਾਫ਼ੀ ਤੇਜ਼ ਸੀ, ਜਿਸ ਤੋਂ ਬਾਅਦ ਟਰੈਕਟਰ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਅਤੇ ਡਿਵਾਈਡਰ 'ਤੇ ਜਾ ਕੇ ਵੱਜਿਆ ਟਰੈਕਟਰ, ਜਿਸ ਕਰਕੇ ਪੂਰਾ ਟਰੈਕਟਰ ਪਲਟ ਗਿਆ ਅਤੇ ਪਿਛਲੇ ਟਾਇਰਾਂ ਹੇਠਾਂ ਆਉਣ ਕਰਕੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਦੋ ਮਾਪਿਆਂ ਦੇ ਪੁੱਤ ਵਿਛੜ ਗਏ ਨੇ ਆਪਣੇ ਮਾਪਿਆਂ ਤੋਂ। ਕੀਰਤਪੁਰ ਸਾਹਿਬ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਵਿਸਾਖੀ ਮੌਕੇ ਵੱਡਾ ਹਾਦਸਾ ਹੋਇਆ ਹੈ। ਨਵਾਂ ਸ਼ਹਿਰ ਦੇ ਪਿੰਡ ਸ਼ੇਖੂਪੁਰਾ ਤੋਂ ਟਰੈਕਟਰ ਟਰਾਲੀ ਭਰ ਕੇ ਸੰਗਤ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਲਈ ਜਾ ਰਹੀ ਸੀ ਤਾਂ ਰਾਹ ਦੇ ਵਿੱਚ ਇਹ ਹਾਦਸਾ ਹੋ ਗਿਆ। ਮਨਾਲੀ ਚੰਡੀਗੜ੍ਹ ਹਾਈਵੇ ਹੈ ਜਿੱਥੇ ਟਰੈਕਟਰ ਦੀ 9-11 ਟਰੈਕਟਰ, ਦੇਖੋ ਕਿੰਨਾ ਮੋਡੀਫਾਈਡ ਟਰੈਕਟਰ ਹੈ, ਜਿੱਦਾਂ ਦਾ ਟਰੈਕਟਰ ਸਿੱਧੂ ਮੂਸੇਵਾਲੇ ਦੇ ਕੋਲ ਸੀ ਉਹੋ ਜਿਹਾ ਟਰੈਕਟਰ ਹੈ, ਕਾਫ਼ੀ ਮੋਡੀਫਾਈਡ ਕਰਾਇਆ ਹੋਇਆ ਸੀ ਨੌਜਵਾਨਾਂ ਨੇ, ਤਾਂ ਜਿਸ ਦੀਆਂ ਬ੍ਰੇਕਾਂ ਫੇਲ ਹੋ ਗਈਆਂ, ਜਿਸ ਤੋਂ ਬਾਅਦ ਇਹ ਹਾਦਸਾ ਹੋਇਆ ਹੈ, ਤਾਂ ਡਰੇਨ ਦੇ ਨਾਲ ਜਾ ਕੇ ਟਕਰਾਇਆ ਹੈ। ਡਿਵਾਈਡਰ ਦੱਸਿਆ ਸੀ, ਮਾਫ਼ ਕਰਨਾ, ਪਹਿਲਾਂ ਡਰੇਨ ਦੇ ਨਾਲ ਜਾ ਕੇ ਟਰੈਕਟਰ ਟਕਰਾਇਆ, ਜਿਸ ਕਰਕੇ ਮੂਹਰਲੇ ਦੋਨੇ ਟਾਇਰ ਟੁੱਟ ਗਏ ਅਤੇ ਇੱਕ ਜਿਹੜਾ ਸ਼ਖਸ ਸੀ ਉਹ ਪਿਛਲੇ ਟਾਇਰ ਹੇਠਾਂ ਆ ਗਿਆ ਅਤੇ ਇੱਕ ਜ਼ਮੀਨ 'ਤੇ ਡਿੱਗਦਾ, ਉਸਦੇ ਸੱਟਾਂ ਲੱਗਦੀਆਂ ਨੇ, ਤਾਂ ਦੋ ਨੌਜਵਾਨਾਂ ਦੀਆਂ ਮੌਤਾਂ ਹੋ ਗਈਆਂ ਨੇ। ਤਾਂ ਦੱਸ ਦਈਏ ਕਿ ਆਪਸ ਦੇ ਵਿੱਚ ਬਜ਼ੁਰਗ ਅਤੇ ਯੁਵਕ, ਜਿਹੜਾ ਨੌਜਵਾਨ ਸੀ ਜਿਸ ਦੀ ਮੌਤ ਹੋਈ ਹੈ, ਆਪਸ ਦੇ ਵਿੱਚ ਰਿਸ਼ਤੇਦਾਰ ਸਨ। ਤਾਂ ਦੱਸ ਦਈਏ ਕਿ ਇੱਕ ਨੌਜਵਾਨ ਦੀ ਮੌਤ ਹੋਈ ਹੈ ਅਤੇ ਇੱਕ ਬਜ਼ੁਰਗ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਤਾਂ ਵਿਸਾਖੀ ਮੌਕੇ ਜਿਹੜਾ ਕਿ ਖਾਲਸਾ ਪੰਥ ਦਾ ਸਥਾਪਨਾ ਦਿਵਸ ਹੈ ਅੱਜ, ਤਾਂ ਲੋਕ ਗੁਰੂ ਘਰਾਂ ਦੇ ਵਿੱਚ ਮੱਥਾ ਟੇਕਣ ਜਾਂਦੇ ਨੇ। ਵਿਸਾਖੀ ਦਾ ਤਿਉਹਾਰ ਕਾਫ਼ੀ ਪਵਿੱਤਰ ਮੰਨਿਆ ਜਾਂਦਾ ਹੈ, ਤਾਂ ਕੀਰਤਪੁਰ ਸਾਹਿਬ ਵਿਖੇ ਮੱਥਾ ਟੇਕਣ ਜਾ ਰਿਹਾ ਸੀ ਇਹ ਪਿੰਡ ਦੇ ਲੋਕ। ਟਰੈਕਟਰ ਭਰ ਕੇ ਟਰਾਲੀ ਜਾ ਰਹੀ ਸੀ, ਪਿੱਛੇ ਸ਼ਰਧਾਲੂ ਵੀ ਬੈਠੇ ਸਨ। ਕਾਫ਼ੀ ਤੇਜ਼ ਰਫ਼ਤਾਰ ਦੇ ਵਿੱਚ ਟਰਾਲੀ ਸੀ, ਤਾਂ ਟਰਾਲੀ ਜਿਹੜੀ ਟਰੈਕਟਰ ਟਰਾਲੀ ਹੈ, ਟਰੈਕਟਰ ਦੀਆਂ ਬ੍ਰੇਕਾਂ ਫੇਲ ਹੋ ਗਈਆਂ, ਜਿਸ ਤੋਂ ਬਾਅਦ ਇਹ ਹਾਦਸਾ ਹੋਇਆ। ਹਾਦਸਾ ਦੇਖੋ ਕਿੰਨਾ ਭਿਆਨਕ ਹੈ, 9-11 ਟਰੈਕਟਰ, ਸਿੱਧੂ ਮੂਸੇਵਾਲੇ ਦਾ ਟਰੈਕਟਰ ਹੈ, ਸਿੱਧੂ ਮੂਸੇਵਾਲੇ ਕੋਲ ਵੀ ਇਸ ਤਰੀਕੇ ਦਾ ਟਰੈਕਟਰ ਹੈ, ਤਾਂ ਮੁੰਡੇ ਨੇ ਕਾਫ਼ੀ ਮੋਡੀਫਾਈ ਕਰਾਇਆ ਹੋਇਆ ਸੀ ਟਰੈਕਟਰ, ਤੇਜ਼ ਰਫ਼ਤਾਰ ਦੇ ਨਾਲ ਜਾ ਰਿਹਾ ਸੀ ਕੀਰਤਪੁਰ ਸਾਹਿਬ ਵੱਲ। ਤਾਂ ਰਾਹ ਦੇ ਵਿੱਚ ਚੰਡੀਗੜ੍ਹ ਮਨਾਲੀ ਹਾਈਵੇ ਦੇ ਉੱਤੇ ਆ ਕੇ ਟਰੈਕਟਰ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਅਤੇ ਸਾਈਡ 'ਤੇ ਬਣੀ ਹੋਈ ਡਰੇਨ ਦੇ ਨਾਲ ਜਾ ਕੇ ਟਰੈਕਟਰ ਟਕਰਾਉਂਦਾ ਹੈ, ਜਿਸ ਕਰਕੇ ਇੱਕ ਨੌਜਵਾਨ ਅਤੇ ਇੱਕ ਬਜ਼ੁਰਗ ਦੀ ਮੌਤ ਹੋ ਗਈ ਹੈ। ਤਾਂ ਬੇਹੱਦ ਵੱਡਾ ਹਾਦਸਾ ਹੋਇਆ ਹੈ, ਮੰਦਭਾਗੀ ਖਬਰ ਹੈ, ਕੀਰਤਪੁਰ ਸਾਹਿਬ ਨੇੜਿਓਂ ਸਾਹਮਣੇ ਆ ਰਹੀ ਹੈ, ਜਿੱਥੇ ਚੰਡੀਗੜ੍ਹ ਮਨਾਲੀ ਹਾਈਵੇ ਦੇ ਉੱਤੇ ਟਰੈਕਟਰ ਪਲਟ ਗਿਆ ਹੈ। ਟਰੈਕਟਰ ਦੇ ਮੂਹਰਲੇ ਟਾਇਰ ਟੁੱਟ ਚੁੱਕੇ ਨੇ, ਦੇਖ ਸਕਦੇ ਹੋ ਕਿੱਡੇ ਮੋਟੇ ਮੋਟੇ ਟਾਇਰ ਪੁਆਏ ਹੋਏ ਸਨ ਇਸ ਨੌਜਵਾਨ ਨੇ। ਤਾਂ ਅਕਸਰ ਹੀ ਤੁਸੀਂ ਤਸਵੀਰਾਂ ਦੇਖੀਆਂ ਹੋਣੀਆਂ ਕਿ ਗੁਰੂ ਘਰਾਂ ਦੇ ਨਾਂ 'ਤੇ ਨੌਜਵਾਨ ਹੁੱਲੜਬਾਜ਼ੀ ਵੀ ਕਰਦੇ ਹੋਏ ਗੁਰੂ ਘਰਾਂ ਵੱਲ ਜਾਂਦੇ ਨੇ, ਹਾਲਾਂਕਿ ਪਿੱਛੇ ਜਿਹੜੀ ਸੰਗਤ ਬੈਠੀ ਹੁੰਦੀ ਹੈ ਉਹਨਾਂ ਦਾ ਤਾਂ ਨਹੀਂ ਹੁੰਦਾ ਕੋਈ ਕਸੂਰ, ਕਿਉਂਕਿ ਟਰੈਕਟਰ ਜਿਹੜਾ ਨੌਜਵਾਨ ਚਲਾਉਂਦਾ ਹੈ ਉਹ ਫੁਕਰਾਪੰਤੀ ਦੇ ਵਿੱਚ ਆ ਕੇ ਕਾਫ਼ੀ ਤੇਜ਼ ਰਫ਼ਤਾਰ ਦੇ ਨਾਲ ਇਹ ਨੌਜਵਾਨ ਜਿਹੜੇ ਨੇ ਟਰੈਕਟਰ ਚਲਾਉਂਦੇ ਨੇ। ਅੱਗੇ ਵੀ ਆਨੰਦਪੁਰ ਸਾਹਿਬ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਸੀ ਜਿੱਥੇ ਨਿਹੰਗ ਸਿੰਘਾਂ ਨੇ ਨੌਜਵਾਨਾਂ ਦੀ ਚੰਗੀ ਸੇਵਾ ਕੀਤੀ ਸੀ, ਕਿਉਂਕਿ ਉਹਨਾਂ ਦੇ ਵੱਲੋਂ ਹੁੱਲੜਬਾਜ਼ੀ ਕੀਤੀ ਜਾ ਰਹੀ ਸੀ, ਤੇਜ਼ ਰਫ਼ਤਾਰ ਦੇ ਨਾਲ ਟਰੈਕਟਰ ਚਲਾਏ ਜਾ ਰਹੇ ਸੀ, ਟਰੈਕਟਰਾਂ 'ਤੇ ਸਟੰਟ ਕੀਤੇ ਜਾ ਰਹੇ ਸੀ। ਤਾਂ ਇਸੇ ਤਰੀਕੇ ਦੇ ਨਾਲ ਇਹ ਨੌਜਵਾਨ ਵੀ ਟਰੈਕਟਰ ਕਾਫ਼ੀ ਤੇਜ਼ੀ ਦੇ ਨਾਲ ਚਲਾਉਂਦਾ ਰਿਹਾ ਸੀ। ਹਾਲਾਂਕਿ ਮ੍ਰਿਤਕਾਂ ਦੀ ਪਹਿਚਾਣ ਨਹੀਂ ਹੋਈ ਹੈ, ਪਰ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਨੌਜਵਾਨ ਅਤੇ ਇੱਕ ਬਜ਼ੁਰਗ ਦੀ ਮੌਤ ਹੋ ਗਈ ਹੈ ਇਸ ਹਾਦਸੇ ਦੇ ਵਿੱਚ। ਤਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ, ਕੀਰਤਪੁਰ ਸਾਹਿਬ ਨੇੜਿਓਂ ਸਾਹਮਣੇ ਆ ਰਹੀਆਂ ਨੇ, ਜਿੱਥੇ ਵੱਡਾ ਹਾਦਸਾ ਹੋਇਆ ਹੈ, 9-11 ਟਰੈਕਟਰ ਪਲਟ ਗਿਆ ਹੈ, ਮੂਹਰਲੇ ਟਾਇਰ ਟੁੱਟ ਚੁੱਕੇ ਨੇ। ਤਾਂ ਦੇਖੋ ਇਹ ਤਸਵੀਰਾਂ, ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ।
ਵਿਸਾਖੀ ਮੌਕੇ ਦਰਦਨਾਕ ਹਾਦਸਾ ਹੋਇਆ ਹੈ। ਇਹ ਜੀ ਟਰੈਕਟਰ ਟਰਾਲੀ ਆ ਰਿਹਾ ਸੀਗਾ ਦੈਨੀ ਮੱਸਿਆ ਸਾਹਿਬ ਤੋਂ ਹਿਮਾਚਲ ਰੋਡ 'ਤੇ ਨੈਸ਼ਨਲ ਹਾਈਵੇ 'ਤੇ, ਅਤੇ ਜਦੋਂ ਉਤਰਾਈ ਉਤਰ ਰਿਹਾ ਸੀ ਅਤੇ ਓਵਰ ਸਪੀਡ ਹੋਣ ਕਾਰਨ ਇਹਦਾ ਬੈਲੈਂਸ ਵਿਗੜਿਆ, ਸੰਤੁਲਨ ਵਿਗੜਿਆ ਅਤੇ ਇਹ ਟਰੈਕਟਰ ਆਊਟ ਆਫ ਕੰਟਰੋਲ ਹੋ ਕੇ ਸਾਈਡ 'ਤੇ ਕੰਮ 'ਚ ਇੱਕ ਵਰਕਸ਼ਾਪ ਸੀਗੀ ਉਹਦੇ ਵਿੱਚ ਜਾ ਕੇ ਬਚਿਆ। ਸੋ ਮੌਕੇ 'ਤੇ ਇਹਦੇ ਦੋਨੋਂ ਚੱਕੇ ਉੱਪਰਲੇ ਮੁੱਢਲੇ ਖੁੱਲ੍ਹ ਗਏ, ਟੁੱਟ ਗਏ ਅਤੇ ਮੌਕੇ 'ਤੇ ਡਰਾਈਵਰ ਦੀ ਮੌਤ ਹੋ ਗਈ। ਜਿਹੜਾ ਲੜਕਾ ਸੀਗਾ ਇੱਕ 25 ਸਾਲ ਦਾ ਨੌਜਵਾਨ ਸੀ ਅਤੇ ਉਹਨੂੰ ਹਸਪਤਾਲ, ਇੱਕ ਹੋਰ ਨੂੰ, ਦੋ ਲੜਕੇ ਦੋਨੋਂ ਨੂੰ ਸੱਟਾਂ ਲੱਗੀਆਂ ਸੀਗੀਆਂ, ਹਸਪਤਾਲ ਲੈ ਜਾਇਆ ਗਿਆ। ਇੱਕ ਦੀ ਮੌਕੇ 'ਤੇ ਮੌਤ ਹੋ ਗਈ, ਬਰੋਡੇਡ ਆਇਆ ਹੋਸਪਿਟਲ, ਦੂਜਾ ਜ਼ਿਲ੍ਹੇ ਲਾਜ਼ਮ।